सी देख रहे हो सांझ टीवी न्यूज पोर्टल। जिथे चिट्टे पाउडर करके पंजाब विच रोजाना नौजवान मर रहे ते सरकारां अते समाज सेवी संस्था वालों अलग अलग क्लब बना के इस चिट्टे पाउडर नशे नूं खत्म करन लई वख वख उपराले किते जा रहे ने, पर गिद्दड़बाहा दे रहण वाले तीन नौजवानां वालों अपने तौर ते वखरा उपराला किता गया है। उन्हां वालों बाबा गंगा राम स्पोर्ट्स क्लब बनाया गया अते बगैर किसी सरकारी मदद दे इन्हां तीनां नौजवानां वालों अपने कोलो तकरीबन 17-18 लाख रुपया खर्च करके एक बहुत ही शानदार क्रिकेट दा ग्राउंड तैयार किया है, जिस विच रोजाना रात नूं क्रिकेट दे मैच करवाए जांदे हन, जिस विच खेडण लई ना सिर्फ पंजाब बल्कि दूसरे सूबियां विचों भी क्रिकेट नाल प्यार करन वाले खिडारी पहुंच रहे हन। इस बाबत जदों क्लब दे मैंबर अंकुर सेठी नाल गलबात कीती गई तां उन्हां ने दस्सिया कि उन्हां वल्लों तकरीबन 17-18 लाख रुपये दी राशि खर्च करके एक क्रिकेट टूरनामेंट करवाए जा रहे हन। उन्हां ने दस्सिया कि उन्हां दा मकसद सिर्फ अजकल दे नौजवान जो कि नशे दी दलदल जा चुके हैं उन्हां नूं खेडां वल वापस लैके आना है। उन्हां ने कहा कि अज तक सानू किसी भी सरकारी जां गैर सरकारी संस्थावां वल्लों कोई भी मदद नहीं मिली। उन्हां ने कहा कि जेकर कोई भी सरकारी मदद मिलदी है तां इस तों भी वधिया होर उपराले कर सकदे हन। सेठ साहब की कहना चाहोगे जिहड़े तुसीं मैच करवा रहे हो ते किन्ने बंदे मिल के इह मैच करवा रहे हो? इह असीं 4-5 मुंडे हैगे आं जी जिहड़े कि इह टूर्नामेंट करवा रहे आं जी, ते नशिआं तों दूर ਕਰਨ ਲਈ ਕਰਵਾ ਰਹੇ ਆ। ਸਾਡੇ ਨਾਲ 400-500 ਬੰਦਾ ਜੁੜਿਆ ਜੀ ਟੂਰਨਾਮੈਂਟ ਖੇਡਣ ਲਈ, ਬਠਿੰਡੇ ਤੋਂ, ਮੁਕਤਸਰ ਤੋਂ, ਗਿੱਦੜਬਾਹਾ ਚੋਂ ਹੋ ਗਿਆ 200-400 ਜਣਾ ਜੀ। ਤਾਂ ਇਹ ਚੰਗੀ ਸੋਚ ਲੈ ਕੇ ਤੇ ਚੰਗੇ ਪਾਸੇ ਲੈ ਕੇ ਜਾਣ ਨੂੰ ਸੋਚ ਨਾਲ। ਜੇ ਖਰਚ ਦੀ ਗੱਲ ਕਰੀਏ ਤਾਂ ਤੁਹਾਡਾ ਕਿੰਨਾ ਖਰਚਾ ਇਸ ਤੇ? ਖਰਚਾ ਲਗਭਗ 17-18 ਲੱਖ ਰੁਪਏ ਆ ਚੁੱਕਿਆ ਜੀ। ਕੋਈ ਤੁਹਾਨੂੰ ਮਦਦ ਵਗੈਰਾ ਮਿਲੀ ਹੈ ਸਰਕਾਰ ਵੱਲੋਂ ਜਾਂ ਕਿਸੇ ਹੋਰ? ਹਜੇ ਤੱਕ ਤਾਂ ਕੋਈ ਮਦਦ ਨਹੀਂ ਮਿਲੀ। ਤੁਸੀਂ ਆਪਦੇ ਵੱਲੋਂ? ਆਪਦੇ ਵੱਲੋਂ ਸਾਰਾ ਕੁਝ, ਜਿਹੜੇ ਸਾਰੇ ਐਫਰਟਸ ਹੈ ਆਪਦੇ ਵੱਲੋਂ ਕਰ ਰਹੇ ਹੋ? ਹਾਂਜੀ। ਅੱਛਾ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਪਏ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਨਸ਼ਿਆਂ ਦੇ ਹੈਗਾ ਕਿ ਇੱਕ ਪਾਸੇ ਨੂੰ ਤੁਰ ਪਏ ਨੇ ਨੌਜਵਾਨ, ਇਸ ਲਈ ਇਹ ਟੂਰਨਾਮੈਂਟ ਤਾਂ ਹੀ ਕਰਵਾਇਆ ਜਾ ਰਿਹਾ ਕਿ ਇਹਨਾਂ ਨੂੰ ਵੇਖ ਕੇ ਲੋਕ ਖੇਡਣ, ਅਗਲੇ ਮੈਚ ਆਉਣ, ਅਗਲੇ ਟੂਰਨਾਮੈਂਟ ਤੇ ਵੀ ਆਉਣ ਤੇ ਨਾਲ ਜੁੜਨ। ਸਾਡੇ ਕਿ ਐਕਟੀ ਜਿਹੜਾ 300-400 ਜਣਾ ਜੁੜਿਆ ਉਹ ਅੱਗੇ ਜਾ ਕੇ 800-900 ਹਜ਼ਾਰ ਤਾਂ ਆਵੇ ਕਿ ਨਸ਼ਿਆਂ ਤੋਂ ਬਚਾ ਹੋ। ਕਿੰਨੀਆਂ ਟੀਮਾਂ ਜਿਹੜੀ ਗੱਲ ਕਰੀ ਇੱਥੇ ਭਾਗ ਲੈ ਰਹੀਆਂ? 22 ਟੀਮਾਂ ਟੋਟਲੀ ਜੀ, 22 ਟੀਮਾਂ ਦੇ ਮੈਚ ਹੋਣੇ ਆ। ਕਿੰਨੇ ਕੁ ਮੈਚ ਹੋਣੇ ਆ? ਇਹ 10-10 ਮੈਚ ਹੋਣੇ ਇੱਕ ਟੀਮ ਦੇ, ਤੇ 4-5 ਮਹੀਨੇ ਤੱਕ ਟੂਰਨਾਮੈਂਟ ਇਹ ਚੱਲਣਾ। ਅੱਛਾ, ਰੋਜ਼ ਦਾ ਇੱਕ ਮੈਚ ਹੁੰਦਾ 20-20। ਠੀਕ ਹੈ, ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਮਤਲਬ ਕੋਈ ਸਰਕਾਰੀ ਦਰਬਾਰੇ ਕੋਈ? ਸਰਕਾਰ ਦਾ ਇਹੀ ਹੈ ਕਿ ਸਰਕਾਰ ਵੇਖੇ ਕਿ ਇਹੋ ਜਿਹੇ ਸਰਕਾਰ ਵੀ ਕਦਮ ਚੁੱਕੇ, ਮਦਦ ਕਰੇ ਸਾਨੂੰ। ਇਸ ਬਾਬਤ ਜਦੋਂ ਮੈਚ ਦੇਖਣ ਵਾਲੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਰਾਜਨੀਤਿਕ ਲੋਕਾਂ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਗਗਨਦੀਪ ਸਿੰਘ, ਗਗਨਦੀਪ ਜੀ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨਾਂ ਨੇ ਆਪਦੇ ਵੱਲੋਂ ਉਪਰਾਲਾ ਕੀਤਾ ਜਿਹੜਾ ਇੱਥੇ ਮੈਚ ਕਰਵਾ ਰਹੇ ਨੇ ਕ੍ਰਿਕਟ ਦੇ? ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ। ਇਹ ਉਪਰਾਲੇ ਨਾਲ ਨਸ਼ੇ ਤੋਂ ਮੁੰਡੇ ਦੂਰ ਹੋਣਗੇ। ਅੱਜ ਪੰਜਾਬ ਦੀ ਪੀੜ੍ਹੀ ਹੈ ਜਿਹੜੀ ਚਿੱਟੇ ਚ ਦਲਦਲ ਚ ਵੜ ਚੁੱਕੀ ਹੈ, ਜਿਹਦੇ ਕਰਕੇ ਟੂਰਨਾਮੈਂਟ ਹੋਣ ਹਰੇਕ ਪਿੰਡਾਂ ਚ ਤਾਂ ਜੋ ਨਸ਼ੇ ਤੋਂ ਮੁਕਤ ਕੀਤਾ ਜਾ ਸਕਦਾ ਪੰਜਾਬ ਨੂੰ। ਜੇ ਖੇਡਾਂ ਕੰਨੀ ਰੁਝਾਨ ਵਧੂਗਾ ਮੁੰਡਿਆਂ ਦਾ ਤਾਂ ਨਸ਼ੇ ਤੋਂ ਦੂਰ ਰਹਿਣਗੇ, ਜਿਹਦੇ ਕਰਕੇ ਬਹੁਤ ਵਧੀਆ ਕ੍ਰਿਕਟ ਨਾਈਟ ਟੂਰਨਾਮੈਂਟ ਹੋ ਰਿਹਾ ਜਿਹੜਾ ਗਿੱਦੜਬਾਹਾ ਦੇ ਵਿੱਚ ਉਹ ਤੁਹਾਡੇ ਸਾਹਮਣੇ ਹੋ ਰਿਹਾ ਹੈ। ਇਹਨਾਂ ਨੂੰ ਕੋਈ ਰਾਜਨੀਤਿਕ ਬੰਦਿਆਂ ਨੇ ਵੀ ਮਤਲਬ ਮਦਦ ਕੀਤੀ ਵੀ ਹੈ ਕਿ ਆਪਣੇ ਵੱਲੋਂ ਹੀ ਉਪਰਾਲਾ ਕੀਤਾ ਇਹਨਾਂ ਨੇ? ਨਹੀਂ, ਇਹ ਹਾਲੇ ਤੱਕ ਤਾਂ ਇਹਨਾਂ ਦਾ ਆਪਣੇ ਵੱਲੋਂ ਹੀ ਚੱਲ ਰਿਹਾ, ਕੋਈ ਰਾਜਨੀਤਿਕ ਮਦਦ ਨਹੀਂ ਆਈ ਇਹਨਾਂ ਨੂੰ। ਆਪਦੇ ਪੱਧਰ ਤੇ ਕਰਾ ਰਹੇ ਆ ਟੂਰਨਾਮੈਂਟ। ਬਹੁਤ ਜ਼ਿਆਦਾ ਖਰਚ ਹੋ ਰਿਹਾ ਇਸ ਟੂਰਨਾਮੈਂਟ ਤੇ ਜੀ, ਬਹੁਤ ਜ਼ਿਆਦਾ ਪੈਸਾ ਲਾਇਆ ਇਹਨਾਂ ਨੇ ਪਹਿਲਾਂ ਤੇ ਹੁਣ ਜਿਹੜਾ ਟੂਰਨਾਮੈਂਟ ਹੈ ਗਰਾਊਂਡ ਦੇ ਵਿੱਚ। ਸਰ ਗੱਲ ਕਰੀਏ ਖਰਚੇ ਦੀ, ਕਿੰਨਾ ਖਰਚਾ ਇੱਥੇ ਆ ਚੁੱਕਿਆ ਹੁਣ? ਖਰਚਾ ਜ਼ਿਆਦਾ ਤਾਂ ਇਹਨਾਂ ਨੂੰ ਤਕਰੀਬਨ 5-7 ਲੱਖ ਰੁਪਏ ਦੇ ਨੇੜੇ ਤੇੜ ਆ ਚੁੱਕਿਆ ਇਹਦਾ ਖਰਚਾ। ਹਾਲੇ ਹੋਰ ਖਰਚਾ ਡੇਲੀ ਮੈਚ ਤੇ ਹੋ ਰਿਹਾ। ਤੇ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਜਿਹੜੇ ਰਾਜਨੀਤਿਕ ਬੰਦੇ ਆ ਜਾਂ ਵੈਸੇ ਹੋਰ ਸਮਾਜ ਸੇਵੀ ਸੰਸਥਾ ਹੈ, ਉਹਨਾਂ ਨੂੰ ਕਿੰਨਾ ਕੁ ਸਾਥ ਦੇਣਾ ਚਾਹੀਦਾ ਇਹਨਾਂ ਦਾ? ਸਾਰੀਆਂ ਸੰਸਥਾਵਾਂ ਨੂੰ ਸਾਥ ਦੇਣਾ ਚਾਹੀਦਾ ਇਹਦੇ ਵਿੱਚ ਆ ਕੇ, ਕਿਉਂਕਿ ਜਿਹੜੇ ਟੂਰਨਾਮੈਂਟ ਹੋਣਗੇ ਤਾਂ ਪੰਜਾਬ ਦੀ ਜਵਾਨੀ ਬਚੂਗੀ। ਨਹੀਂ ਤਾਂ ਅੱਜ ਤੁਹਾਨੂੰ ਪਤਾ ਹੀ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਨਸ਼ੇ ਦਾ ਹੜ ਆਇਆ ਹੋਇਆ, ਉਸ ਨੂੰ ਰੋਕਣ ਲਈ ਆ ਟੂਰਨਾਮੈਂਟ ਕਰਾਉਣੇ ਚਾਹੀਦੇ ਤੇ ਰਾਜਨੀਤੀ ਬੰਦੇ ਤੇ ਸਮਾਜ ਸੇਵੀ ਨੂੰ ਸਾਰਿਆਂ ਨਾਲੋਂ ਵੱਧ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਮਤਲਬ ਹਰ ਤਰ੍ਹਾਂ ਦੀ ਜਿਹੜੀ ਭਾਵਨਾ ਨੂੰ ਛੱਡ ਕੇ ਕਿਸੇ ਪ੍ਰਕਾਰ ਦੀ ਵੀ ਉਹ ਇਹਦੇ ਵਿੱਚ ਜਿਹੜੇ ਸਹਿਯੋਗ ਦੇਣਾ ਚਾਹੀਦਾ, ਰਾਜਨੀਤੀ ਤੋਂ ਉੱਠ ਕੇ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ। ਇਹਦੇ ਵਿੱਚ ਕੋਈ ਰਾਜਨੀਤਿਕ ਪੱਖ ਨਹੀਂ ਰੱਖਿਆ ਜਾਣਾ ਚਾਹੀਦਾ। MLA ਸਾਹਿਬ ਨੂੰ, ਸਾਬਕਾ MLA ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਤੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿਹੜਾ ਇਹਨਾਂ ਉਪਰਾਲਾ ਕੀਤਾ ਪਲੇਅਰਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, ਇਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਇਹਨਾਂ ਦਾ ਬਹੁਤ ਵਧੀਆ ਉਪਰਾਲਾ, ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ ਹੈ। ਪਹਿਲਾ ਟੂਰਨਾਮੈਂਟ ਹੋ ਰਿਹਾ ਨਾਈਟ, ਇੰਨਾ ਲੰਬਾ ਟੂਰਨਾਮੈਂਟ ਜਿਹੜਾ ਇਹ ਕਰਾਇਆ ਜਾ ਰਿਹਾ, ਬਹੁਤ 22 ਟੀਮਾਂ ਨੇ ਇਹਦੇ ਵਿੱਚ ਭਾਗ ਲਿਆ ਤੇ ਹਰ ਰੋਜ਼ ਇੱਕ ਟੀਮ ਦਾ ਇੱਥੇ ਮੈਚ ਨਾਈਟ ਜਿਹੜਾ ਕੀ ਹੈ ਕੋਸਕੋ ਟੂਰਨਾਮੈਂਟ ਚ ਕਰਾਇਆ ਜਾ ਰਿਹਾ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।